वहां से के ख्याल आ गया बह गया मम्मी से बह गया नहीं हो गया ग्रिल बंद करे मार ना देखने कीड़े ठीक ਇੱਥੇ ਬੈਠਿਆ ਆ ਤੇ ਹੁਣ ਨਬੀਲ ਬਾਈ ਦੇਖੋ ਇਹ ਖਾ ਰਹੇ ਨੇ ਫਰੈਂਡ ਆ ਜਾਓ ਯਾਰ ਖਾਣਾ ਖਾ ਲਓ ਜਾ ਗਿਆ ਦੋਸਤੋ ਤੇ ਭਰਾਓ ਓਏ ਹੋਏ ਹੋਏ ਬੰਦਾ ਬੰਦਾ ਹੀ ਆ ਹੈ ਵੇੜੇ ਉੱਪਰਲੇ ਹੈ ਜਾਂਦੇ ਹਾਂ ਇਸਲਾਮਾਬਾਦ ਦੇਖਦੇ ਹਾਂ ਸੜਕਾਂ ਖੁੱਲ੍ਹੀਆਂ ਨੇ ਬੰਦ ਨੇ ਕਿਸ ਹਿਸਾਬ ਹੈ ਇਸਲਾਮਾਬਾਦ ਵਿੱਚ ਇੰਟਰ ਹੋ ਕੇ ਠੀਕ ਹੈ ਡੀ ਚੌਕ ਦੀ ਤਰਫ ਜਾਣਾ ਉੱਥੇ ਹੀ ਕੰਮ ਹੈ ਅਤੇ ਤੁਸੀਂ ਨਾਲ ਹੀ ਵੀਡੀਓ ਦੇ ਰਹੋ ਤੁਹਾਨੂੰ ਵੀਡੀਓ ਅੱਛੀ ਲੱਗੇਗੀ ਤੁਹਾਨੂੰ ਫਿਰ ਖੁਸ਼ਖਬਰੀ ਵੀ ਜਾ ਕੇ ਸੁਣਾਉਂਦੇ ਹਾਂ ਜਾਂ ਫਿਰ ਵਾਪਸੀ ਪਹੁੰਚ ਕੇ ਅਤੇ ਫੌਰਨ ਤੁਹਾਡੇ ਨਾਲ ਸ਼ੇਅਰ ਕਰਾਂਗੇ ਅਸਲਾਮ ਅਲੈਕਮ ਜੀ ਵਾਲੇਕਮ ਸਲਾਮ ਵੀਰ ਜੀ ਆ ਜਾਓ ਨਾ ਆ ਜਾਓ ਬਾਹਰ ਮੈਂ ਆਇਆ ਜੀ ਬਾਹਰ ਨਿਕਲੋ ਫਿਰ ਓਕੇ ਠੀਕ ਦੋਸਤੋ ਅਤੇ ਭਰਾਓ ਸਫ਼ਰ ਸ਼ੁਰੂ ਕਰ ਦਿੱਤਾ ਦੁਆ ਸ਼ਾਹ ਕਰਿਓ ਅਤੇ ਅਨਮੀਲ ਬਾਈ ਨੂੰ ਲੈ ਲੈਂਦੇ ਹਾਂ ਨਾਲ ਟੈਲੀਫੋਨ ਅੱਗੇ ਆਇਆ ਇਹ ਸਾਹਮਣੇ ਖਲੇ ਜੇ ਇਹ ਅਨਮੀਲ ਬਾਈ ਖਲੇ ਜੇ ਇਹ ਸਾਹਮਣੇ ਮਾਸ਼ਾਅੱਲਾ ਸਫ਼ਰ ਬੜਾ ਅੱਛਾ ਜਾ ਰਿਹਾ ਅਤੇ ਨਾਲ ਨਾਲ ਤੁਹਾਨੂੰ ਰਸਤੇ ਦੀ ਵੀਡੀਓ ਵੀ ਦੱਸਾਂਗੇ ਦੇਖੋ ਬੜਾ ਪਿਆਰਾ ਮੰਜ਼ਰ ਹੈ ਰਸਤੇ ਸ਼ਸਤੇ ਮੇਰਾ ਹਾਲੇ ਖੁੱਲ੍ਹੇ ਹੀ ਹੋਣ ਦੇ ਇਸਲਾਮਾਬਾਦ ਦੇ ਨਜ਼ਦੀਕ ਜਾ ਕੇ ਸ਼ਾਇਦ ਕੋਈ ਪ੍ਰੋਬਲਮ ਬਣੇ ਅਤੇ ਫਿਰ ਚਲੋ ਦਿਲ ਤਾਂ ਹੈ ਕਿ ਆਸਾਨੀ ਰਹੇ ਸਫ਼ਰ ਆਸਾਨ ਗੁਜ਼ਰੇ ਦੋਸਤੋ ਅਤੇ ਭਰਾਓ ਇਹ ਦਰਿਆਏ ਜੇਹਲਮ ਵਾਲਾ ਪੁੱਲ ਜੇ ਇੱਥੋਂ ਕੇ ਗੁਜ਼ਰਨੇ ਦਰਿਆ ਵਿੱਚ ਕੁਝ ਪਾਣੀ ਨਜ਼ਰ ਆ ਹੀ ਰਿਹਾ ਖਤਰਨਾਕ ਮੋੜ ਵਿੱਚ ਕੋਈ ਗੁਜ਼ਰਨੇ ਆ ਅਤੇ ਇੱਥੇ ਗੱਡੀ ਆਸਤਾ ਦਰ ਰੱਖੀ ਦੀ ਹੈ ਮੈਂ ਕਿਹਾ ਥੋੜ੍ਹੀ ਜਿਹੀ ਵੀਡੀਓ ਬਣਾ ਲਈਏ ਬਾਕੀ ਦੋਸਤ ਭਰਾ ਤਾਂ ਇਸ ਜਗ੍ਹਾ ਨੂੰ ਪਹਿਚਾਣਦੇ ਹੋਣਗੇ ਠੀਕ ਹੈ ਦੋਸਤੋ ਅਤੇ ਭਰਾ ਉਹ ਰਵਾਜ ਵਿੱਚ ਕੋਈ ਗੁਜ਼ਰਨੇ ਆ ਠੀਕ ਹੈ ਉਹ ਟਰੱਕ ਵਾਲਿਆ ਜਾਂ ਸੱਜੇ ਹੋ ਜਾਂ ਖੱਬੇ ਹੋ ਬਾਕੀ ਹੁਣ ਸੂਰਜ ਵੀ ਨਿਕਲ ਆਇਆ ਥੋੜ੍ਹੀ ਥੋੜ੍ਹੀ ਰੋਸ਼ਨੀ ਹੁਣ ਬਿਹਤਰ ਹੋ ਜਾਏਗੀ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜਿਨ੍ਹਾਂ ਦੋਸਤਾਂ ਨੇ ਅਜੇ ਤਾਈਂ ਨਹੀਂ ਕੀਤਾ ਅਤੇ ਬਾਕੀ ਪਾਕਿਸਤਾਨੀ ਟੀਮ ਵਾਸਤੇ ਵੀ ਦੁਆ ਕਰਿਓ ਹੁਣ ਫਾਈਨਲ ਵਿੱਚ ਕੀ ਪਤਾ ਇੰਗਲੈਂਡ ਪਹੁੰਚਦਾ ਜਾਂ ਇੰਡੀਆ ਉਹਨਾਂ ਦਾ ਅੱਜ ਸੈਮੀਫਾਈਨਲ ਹੈ ਉਹ ਜਿਹੜੀ ਟੀਮ ਜਿੱਤੇਗੀ ਉਹ ਫਿਰ ਪਾਕਿਸਤਾਨ ਨਾਲ ਫਾਈਨਲ ਖੇਡੇਗੀ ਅਤੇ ਸਾਡੀਆਂ ਦੁਆਵਾਂ ਪਾਕਿਸਤਾਨੀ ਟੀਮ ਨਾਲ ਹੀ ਨੇ ਤੁਸੀਂ ਵੀ ਦੁਆਵਾਂ ਕਰੋ ਅਤੇ ਫਾਈਨਲ ਵਿੱਚ ਅਸੀਂ ਜਿੱਤ ਜਾਈਏ ਦੋਸਤੋ ਅਤੇ ਭਰਾਓ ਰੀਵਰ ਗਾਰਡਨ ਵਿੱਚ ਪਹੁੰਚ ਆਏ ਹਾਂ ਅਤੇ ਇੱਥੋਂ ਸੰਘ ਨਾਲ ਚੱਲਾਂਗੇ ਚਾਚੂ ਰਸ਼ੀਦ ਦੇ ਬੇਟੇ ਨੂੰ ਨਾਲ ਲੈ ਚੱਲਾਂਗੇ ਅਤੇ ਫਿਰ ਅਗਾਂਹ ਡੀ ਚੌਕ ਵੱਲ ਇਨਸ਼ਾਅੱਲਾ ਚੱਲਣੇ ਆ ਥੋੜ੍ਹੀ ਦੇਰ ਤੱਕ ਅਤੇ ਇਹ ਤੁਹਾਨੂੰ ਚਲੋ ਮੰਜ਼ਰ ਦਿਖਾਇਆ ਉੱਥੋਂ ਖੱਬੇ ਹੋਣਾ ਆ ਚਲੋ ਅੱਗੋਂ ਇੱਥੋਂ ਖੱਬੇ ਹੋ ਜਾਂਦੇ ਆ ਵੀਡੀਓ ਦੇ ਰੌਲੀ ਲੱਗੇ ਆ ਬਾਕੀ ਬੜੀ ਸਾਫ਼ ਸੁਥਰੀ ਜਗ੍ਹਾ ਹੈ ਠੀਕ ਹੈ ਸਕਿਉਰਟੀ ਦਾ ਵੀ ਖਾਸ ਖਿਆਲ ਹੈ ਇੱਥੇ ਅਤੇ ਫਿਰ ਮਿਲਣੇ ਹਾਂ ਥੋੜ੍ਹੀ ਦੇਰ ਤੱਕ ਅਤੇ ਬਾਕੀ ਤੁਹਾਨੂੰ ਆਪਣਾ ਤਾਂ ਅਸੀਂ ਜ਼ਿਆਰਤ ਕਰਾਈ ਨਹੀਂ ਨਬੀਲ ਭਾਈ ਦੀ ਅਤੇ ਆਪਣੀ
ਰਾਹ ਚ ਜ਼ਾਹਿਰ ਫਿਰ ਡਰਾਈਵਿੰਗ ਕਰਦੇ ਆਏ ਹਾਂ ਅਤੇ ਹੁਣ ਚਲੋ ਮੈਂ ਆਖਿਆ ਦੋਸਤਾਂ ਨੂੰ ਆਪਣਾ ਚਿਹਰਾ ਵੀ ਵਿਖਾਈਏ ਇਹਨਾਂ ਨਾਲ ਵੀਡੀਓ ਨੂੰ ਛੱਡ ਕੇ ਨੱਸ ਜਾਣ ਕਿਰੇ ਅਤੇ ਬਾਕੀ ਫਿਰ ਪਹੁੰਚ ਆਏ ਹਾਂ ਫਿਲਹਾਲ ਅਤੇ ਦੁਬਾਰਾ ਥੋੜ੍ਹੀ ਦੇਰ ਨੂੰ ਫਿਰ ਮੁਲਾਕਾਤ ਕਰਨੀ ਹੈ ਫਿਲਹਾਲ ਵੀਡੀਓ ਰੋਕਦੇ ਹਾਂ ਦੋਸਤੋ ਮੈਂ ਤਾਂ ਨਾਸ਼ਤਾ ਕਰ ਚੁੱਕਿਆ ਅਤੇ ਇੱਥੇ ਬੈਠਿਆ ਆ ਅਤੇ ਹੁਣ ਨਬੀਲ ਬਾਈ ਦੇਖੋ ਇਹ ਖਾ ਰਹੇ ਨੇ ਫਰੈਂਡ ਆ ਜਾਓ ਯਾਰ ਖਾਣਾ ਖਾ ਲਓ ਅਤੇ ਬੜਾ ਮਜ਼ਾ ਆਇਆ ਸਾਗ ਨਾਲ ਠੀਕ ਹੈ ਦੋਸਤੋ ਤਾਂ ਭਰਾਓ ਟਾਈਮ ਤਾਂ 12 ਦਾ ਆਇਆ ਪਰ ਫੋਨ ਭਾਈ ਰਾਂ ਨੇ ਕੀਤਾ ਅਤੇ ਹੋ ਸਕਦਾ ਪਹਿਲਾਂ ਹੀ ਕੰਮ ਹੋ ਜੇ ਅਤੇ ਜਾ ਕੇ ਟਰਾਈ ਮਾਰਨੇ ਆ ਨਾਲ ਫਿਰ ਟਾਈਮ ਬਚ ਜੇ ਇਹਦਾ ਫਿਲਹਾਲ ਤਾਂ ਤਕਰੀਬਨ 8 ਹੀ ਹੋਏ ਸਾਨੂੰ ਸਾਢੇ ਅੱਠ ਹੋਏ ਨੇ ਤੂੰ ਟਾਈਮ 12 ਦਾ ਆ ਅਤੇ ਫੋਨ ਤਾਂ ਰੱਬ ਦਾ ਹੋਇਆ ਅਤੇ ਕਹਿੰਦੇ ਨੇ ਆ ਜੋ ਦੇਖਦੇ ਆ ਕੀ ਬਣਦਾ ਚੱਲ ਕੇ ਅਤੇ ਹੁਣ ਜਿਹੜਾ ਡਰਾਈਵਿੰਗ ਸੀਟ 'ਤੇ ਗੱਡੀ ਵੀ ਚੇਂਜ ਅਤੇ ਬਾਕੀ ਅਸੀਂ ਵੀ ਹੁਣ ਵਿਹਲੇ ਗੁਜ਼ਰਨਿਆਂ ਪਏ ਇੱਥੇ ਤਾਂ ਸਾਡੇ ਇੱਕ ਭਾਈ ਹੋਰੀ ਵੀ ਨੇ ਬੜੇ ਅੱਛੇ ਸਬਸਕ੍ਰਾਈਬਰ ਸਾਡੀਆਂ ਵੀਡੀਓ ਵੀ ਦੇਖਦੇ ਨੇ ਅਤੇ ਤੁਹਾਨੂੰ ਤਲਾਹ ਤਾਂ ਨਹੀਂ ਦੇ ਸਕੇ ਅਤੇ ਇਹ ਵੀ ਨਹੀਂ ਦੇਣੀ ਹੈ ਵਾਪਸ ਆਉਣ ਜਾਂ ਦੇ ਵੀਡੀਓ ਤਾਂ ਹੀ ਦੇਖੋ ਅਤੇ ਇਹਦੀ ਵੀ ਮਾਜ਼ਰਤ ਚਾਹੁੰਦੇ ਹਾਂ ਫਿਰ ਕਿਰੇ ਆਏ ਅਤੇ ਇਨਸ਼ਾਅੱਲਾ ਤੁਹਾਡੇ ਨਾਲ ਮੁਲਾਕਾਤ ਹੋਵੇਗੀ ਬੱਚਿਆਂ ਦੀਆਂ ਸ਼ਕਲਾਂ ਬਦਲਦੀਆਂ ਰਹਿੰਦੀਆਂ ਨੇ ਅਤੇ ਇਹ ਵਜ੍ਹਾ ਆਉਣੀ ਹੈ
ਨਿੱਕੇ ਵੱਡਿਆਂ ਦਾ ਤਾਂ ਸਾਡਾ ਤਾਂ ਦਸ ਦਸ ਸਾਲ ਦਾ ਬਣਦਾ ਕਿਉਂਕਿ ਵੀ ਬਣਾਉਣਾ ਹੋਵੇ ਢੇਰ ਰੱਫੜ ਹੁੰਦਾ ਚੱਕਰ ਲਾਉਣਾ ਪੈਂਦਾ ਠੀਕ ਹੈ ਕੋਈ ਕਾਗਜ਼ ਦੇਣੇ ਪੈਂਦੇ ਨੇ ਅਤੇ ਬਾਕੀ ਹੈ ਤੁਸੀਂ ਦੇਖੋ ਹੁਣ ਵਾਪਸ ਜਾਵਾਂਗੇ ਪਿੰਡ ਨੂੰ ਤੁਹਾਨੂੰ ਰਸਤੇ ਦਾ ਮਾਹੌਲ ਵੀ ਦੱਸਦੇ ਜਾਵਾਂਗੇ ਅੰਕਲ ਰਸ਼ੀਦ ਜੇ ਅਤੇ ਇਹ ਦੇਖ ਲਓ ਇਸਲਾਮਾਬਾਦ ਆਏ ਹੁਣ ਵਾਪਸੀ ਚੱਲੇ ਹਾਂ ਇੱਧਰ ਸਾਹਮਣੇ ਹੋ ਕੇ ਬਣਾਓ ਨਾ ਅਜ਼ੀਮਰ ਇਹ ਦੇ ਦਾਦਾ ਜੀ ਦਾ ਨਾਂ ਲਿਖਿਆ ਨੇ ਆਪਣੇ ਮਕਾਨ 'ਤੇ ਉਸ ਸਾਈਡ 'ਤੇ ਫੇਰ ਲਓ ਅਤੇ ਹੁਣ ਅਸੀਂ ਵਾਪਸ ਚੱਲਦੇ ਹਾਂ ਨਾਸ਼ਤਾ ਅੱਗੇ ਕਰ ਰਹੇ ਹਾਂ ਹੁਣ ਵੀ ਅੰਕਲ ਹੋਰੀ ਕਹਿ ਰਹੇ ਨੇ ਮਾਹਿਰ ਨਹੀਂ ਹੁਣ ਨਹੀਂ ਗੁੰਜਾਇਸ਼ ਫਿਰ ਬਿਲਕੁਲ ਹੁਣ ਜਿਹਾ ਜੇ ਕੀਤਾ ਜ਼ਾਹਿਰ ਹੈ ਇਹ ਖਿਆਲ ਜੇ ਅਤੇ ਬਾਕੀ ਹੈ ਮੰਜ਼ਰ ਚੈੱਕ ਕਰੋ ਆਸ ਪਾਸ ਦਾ ਬੜਾ ਖੂਬਸੂਰਤ ਮੰਜ਼ਰ ਹੈ ਸਫਾਈ ਵੀ ਹੈ ਉਹ ਮਸਜਿਦ ਵੀ ਵਿੱਚ ਆ ਗਈ ਅਤੇ ਦੋਸਤੋ ਅਤੇ ਭਰਾਵੋ ਗੱਡੀ ਵਿੱਚ ਬਹਿ ਗਏ ਹਾਂ ਆਪਣੀ ਗੱਡੀ ਵਿੱਚ ਹੁਣ ਅਤੇ ਵਾਪਸ ਪਤਾ ਨਹੀਂ ਸੜਕ ਨਿਕਲ ਜੇ ਦੀ ਨਹੀਂ ਨਾ ਨਿਕਲੀ ਤੇ ਫਿਰ ਕੇ ਫਿਰ ਆ ਜਾਵਾਂਗੇ ਉਰਾ ਕੀ ਖਿਆਲ ਜੇ ਤੇ ਦੋਸਤੋ ਤੇ ਭਰਾਓ ਹੁਣ ਵਾਪਸ ਚੱਲੇ ਹਾਂ ਅਤੇ ਰੀਵਰ ਗਾਰਡਨ ਵਿੱਚ ਵਾਪਸ ਟੁਰ ਚੱਲੇ ਹਾਂ ਇਹ ਤੁਸੀਂ ਦੇਖ ਸਕਦੇ ਹੋ ਸਕਿਉਰਟੀ ਦਾ ਇੰਤਜ਼ਾਮ ਜਿਹੜਾ ਨਾ ਚੈੱਕ ਕਰ ਲਓ ਨਬੀਲ ਭਾਈ ਫਿਰ ਸ਼ਹਿਰ ਵਿੱਚ ਸਹੂਲਤਾਂ ਤੇ ਹੈ ਇੰਜੇ ਗੱਲ ਹੈ ਕਿ ਨਹੀਂ ਜੀ ਇੰਜੇ ਗੱਲ ਤੇ ਤੁਸੀਂ ਫਿਰ ਆਪਣਾ ਵਲੌਗ ਤਿਆਰ ਪਏ ਕਰਦੇ ਹੋ ਯਾਰ ਯਾਰ ਸਾਡੇ ਦੇਖਣ ਵਾਲਿਆਂ ਨੂੰ ਆਪਣੇ ਚੈਨਲ ਦਾ ਨਾਮ ਹੀ ਦੱਸੋ ਮੇਰੇ ਚੈਨਲ ਦਾ ਨਾਮ ਹੈ ਨਬੀਲ ਅਲੀ ਅਫੀਸ਼ੀਅਲ ਜਲਦੀ ਜਲਦੀ ਜਾ ਕੇ ਨਾ ਸਬਸਕ੍ਰਾਈਬ ਕਰੋ ਅਤੇ ਇਨਸ਼ਾਅੱਲਾ ਅੱਛੀ ਅੱਛੀ ਵੀਡੀਓ ਬਣਾ ਕਰਾਂਗੇ ਇਨਸ਼ਾਅੱਲਾ ਠੀਕ ਹੋ ਗਿਆ ਕਿ ਹਾਂ ਜੀ ਦੋਸਤੋ ਤਾਂ ਫਿਰ ਹੁਣ ਤੁਸੀਂ ਜਾ ਕੇ ਨਾ ਸਬਸਕ੍ਰਾਈਬ ਜ਼ਰੂਰ ਕਰਿਓ ਕਿਉਂਕਿ ਇਹਨਾਂ ਦੇ ਸਬਸਕ੍ਰਾਈਬਰ ਪੂਰੇ ਹੋਣ ਫਿਰ ਇਹ ਮਿਹਨਤ ਕਰਨ ਵੱਲ ਫਿਰ ਮੈਮੀ ਅਤੇ ਨਬੀਲ ਭਾਈ ਇਕੱਠੇ ਨਿਕਲ ਜਾਂ ਘਰਾਂ ਦੇ ਵੀਡੀਓ ਬਣਾਉਣ ਫਿਰ ਮੇਰੀ ਮਿਹਨਤ ਤਾਂ ਹੀ ਸ਼ੁਰੂ ਹੋਣੀ ਜੇ ਸੰਗ ਹੋ ਜਾਏਗਾ ਨਾ ਤਾਂ ਵਾਸਤੇ ਲਾਜ਼ਮੀ ਕਰੋ ਜਾ ਕੇ